ਹਰੇਕ ਨੂੰ ਆਪਣਾ ਹੱਕ ਹੈ ਜੀ। ਮੈਂ ਤਾਂ ਇਹੀ ਕਹਿ ਸਕਦੀ ਹਾਂ ਜੇ ਮਲੂਕਾ ਸਾਹਿਬ ਨੇ ਜੁਆਇਨ ਕਰਨਾ ਹੁੰਦਾ ਤਾਂ ਉਹਨਾਂ ਨੂੰ ਕਿਸੇ ਨੇ ਰੋਕ ਕੇ ਤਾਂ ਰੱਖਿਆ ਨਹੀਂ ਸੀ, ਬਲਕਿ ਉਹਨਾਂ ਨੇ ਤਾਂ ਇਹਨਾਂ ਨੂੰ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ ਅਤੇ ਆਪਦੇ ਪਿਓ ਦੀ ਇਹਨਾਂ ਨੇ ਨਹੀਂ ਸੁਣੀ। ਸੋ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ, ਉਹ ਜੋ ਕਹਿਣ ਉਹਨਾਂ ਦੀ ਉਹਨਾਂ ਨੂੰ ਮੁਬਾਰਕ। ਬੀਬਾ ਜੀ, ਤੁਸੀਂ ਅੱਜ ਇੱਥੇ ਆਏ ਹੋ ਟਿਕਟ ਮਿਲਣ ਤੋਂ ਬਾਅਦ, ਪਰ ਤੁਹਾਡੀ ਪਾਰਟੀ 'ਚੋਂ ਨਿਕਲ ਕੇ ਦੋ ਹੋਰ ਕੈਂਡੀਡੇਟ ਤੁਹਾਡੇ ਮੁਕਾਬਲੇ ਵਿੱਚ ਖੜ੍ਹੇ ਹੋਏ ਆ, ਤਾਂ ਇਸ ਮੁਕਾਬਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਫਿਕਸ ਮੈਚ ਮੇਰੇ ਵਿਰੋਧੀਆਂ ਦੇ ਖਿਲਾਫ, ਮੇਰੇ ਖਿਲਾਫ ਜਿਹੜੇ ਮੇਰੇ ਵਿਰੋਧੀ ਇਕੱਠੇ ਹੋਏ ਹੋਏ ਨੇ। ਮੈਂ ਤਾਂ ਇੰਨਾ ਹੀ ਕਹਿਣਾ ਚਾਹਾਂਗੀ ਕਿ ਪਿਛਲੇ 3 ਮੇਰੇ ਚੋਣਾਂ ਨੂੰ ਵੀ ਤੁਸੀਂ ਦੇਖ ਲਓ, ਵੱਡੇ ਵੱਡੇ ਦਿੱਗਜ ਆਏ ਸੀਗੇ ਜਿਨ੍ਹਾਂ ਦੇ ਕੋਲ ਵੱਡੇ ਵੱਡੇ ਅਹੁਦੇ ਸੀਗੇ, ਸਰਕਾਰਾਂ ਉਹਨਾਂ ਦੀ ਸੀਗੀਆਂ, ਲੇਕਿਨ ਵੋਟਾਂ ਤੋਂ ਮਗਰ ਮੁੜ ਕੇ ਇੱਥੇ ਕਿਤੇ ਨਜ਼ਰ ਨਹੀਂ ਆਏ। ਸੋ ਇਹ ਵੀ ਫਸਲੀ ਬਟੇਰੇ ਜਿਹੜੇ ਆਏ ਨੇ, ਇਹ ਸਿਰਫ ਇੱਥੇ 1 ਤਰੀਕ ਤਾਂ ਹੀ ਦਿਸਣਗੇ। 1 ਤਰੀਕ ਤੋਂ ਬਾਅਦ ਨਾ ਪਹਿਲੇ ਕਦੇ ਦਿਸੇ ਸੀਗੇ, ਨਾ ਇਹਦੇ ਬਾਅਦ ਕਦੇ ਦਿਸਣਗੇ। ਭਾਵੇਂ ਉਹ ਖੇਤੀਬਾੜੀ ਮੰਤਰੀ ਸਾਹਿਬ ਖੁਦ ਹੋਣ, ਜਿਨ੍ਹਾਂ ਦਾ ਫਰਜ਼ ਸੀਗਾ ਕਿ ਜਿਹੜਾ ਇੰਨਾ ਨੁਕਸਾਨ ਹੋਇਆ ਹੈ, ਡੰਗਰਾਂ ਦਾ ਹੋਇਆ ਹੈ, ਕਣਕਾਂ ਦਾ ਹੋਇਆ ਹੈ, ਨਰਮੇ ਦਾ ਹੋਇਆ ਹੈ, ਹੜ੍ਹਾਂ ਦੇ ਨਾਲ ਹੋਇਆ ਹੈ, ਜਿਨ੍ਹਾਂ ਨੇ ਵੱਡੇ ਵੱਡੇ ਮੁਆਵਜ਼ੇ ਦੀ ਗੱਲਾਂ ਕੀਤੀਆਂ ਸੀਗੀਆਂ, ਉਹ ਨਾ ਤਾਂ ਮੁਆਵਜ਼ਾ ਦਿੱਤਾ ਬਲਕਿ ਉਲਟਾ ਕਿਸਾਨਾਂ ਨੂੰ ਮਰਵਾ ਰਹੇ ਨੇ, ਜਿਹੜੇ ਖੁਦ ਕਹਿੰਦੇ ਸੀ ਕਿ MSP 5 ਮਿੰਟਾਂ 'ਚ ਦੇਣਗੇ। ਤਾਂ ਮੈਂ ਉਮੀਦ ਕਰਦੀ ਹੁਣ ਲੋਕ ਇਹਨਾਂ ਤੋਂ ਸਵਾਲ ਪੁੱਛਣਗੇ, ਬੀਬੀਆਂ ਪੁੱਛਣਗੇ ਸਾਡਾ 1,000 ਰੁਪਏ ਕਿੱਥੇ ਹੈ, ਪੰਜੇ ਵਾਲੇ ਆਉਣਗੇ ਅਤੇ ਲੋਕ ਪੁੱਛਣਗੇ ਸਾਡੀ ਘਰ ਘਰ ਨੌਕਰੀ ਕਿੱਥੇ ਹੈ, ਸਾਡਾ ਬੇਰੁਜ਼ਗਾਰੀ ਭੱਤਾ ਕਿੱਥੇ ਹੈ, ਕਿਸਾਨ ਪੁੱਛਣਗੇ ਸਾਡਾ ਕਰਜ਼ਾ ਮਾਫੀ ਕਿੱਥੇ ਹੈ। ਸੋ ਜਿਹਦੇ ਕਰਕੇ ਅੱਜ ਇਹਨਾਂ ਦਾ ਵਿਰੋਧ ਇਸ ਕਰਕੇ ਹੀ ਹੋ ਰਿਹਾ ਕਿਉਂਕਿ ਝੂਠ ਮਾਰਿਆ ਸੀ ਲੋਕਾਂ ਨੂੰ, ਅਤੇ ਜਿਹੜੀ ਤਕੜੀ ਨੇ ਸੱਚੀ ਸੁੱਚੀ ਸੇਵਾ ਕੀਤੀ, ਅੱਜ ਸਾਡੇ ਮੈਂ ਲੋਕਾਂ ਦੇ ਕੋਲ ਆਉਂਦੀ ਹਾਂ ਆਪਣੇ ਕੰਮ ਗਿਣਾਉਣ ਵਾਸਤੇ, ਇਹ ਲੋਕਾਂ ਦੇ ਕੋਲ ਜਾਣ ਆਉਣਗੇ ਇਕੱਲੇ ਸਾਨੂੰ ਪੰਡਣ ਵਾਸਤੇ। ਬੀਬਾ ਜੀ, ਇੱਕ ਹੋਰ ਤੁਸੀਂ ਕਹਿ ਰਹੇ ਹੋ ਵੀ ਅਸੀਂ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਖਾਸ ਕਰਕੇ ਏਮਸ ਅਤੇ ਹੋਰ ਕਈ ਵੱਡੇ ਪ੍ਰੋਜੈਕਟ ਲੈ ਕੇ ਆਏ, ਪਰ ਕਿਤੇ ਨਾ ਕਿਤੇ BJP ਦੇ ਉਮੀਦਵਾਰ ਇਹ ਕਹਿ ਰਹੇ ਆ ਕਿ ਇਹ ਸਭ ਕੇਂਦਰ ਦੀ ਦੇਣ ਹੈ, ਖੇਤਰੀ ਪਾਰਟੀਆਂ ਸਿਰਫ ਇਸ ਦਾ ਹੀ ਲਾਹਾ ਲੈ ਰਹੀਆਂ ਹਨ। ਅਤੇ ਇਹਨਾਂ ਨੂੰ ਮੈਂ ਪੁੱਛਣਾ ਚਾਹਾਂਗੀ, ਜੇ ਕੇਂਦਰ ਦੀ ਦੇਣ ਹੈ ਤਾਂ ਫਿਰ ਪਿਛਲੇ 5 ਬਜਟ ਤੋਂ ਜਦੋਂ ਤੋਂ ਅਕਾਲੀ ਦਲ ਨੇ ਭਾਈਵਾਲੀ ਛੱਡੀ ਹੈ ਜਾਂ ਵਜ਼ਾਰਤ ਆਪਾਂ ਛੱਡੀ ਹੈ, ਉਹਦੇ ਬਾਅਦ 5 ਬਜਟ ਪੇਸ਼ ਹੋਏ ਨੇ, 5 ਪੰਜਾਬ ਦਾ ਇੱਕ ਨਾਂ ਵੀ ਹੈਗਾ। ਕੇਂਦਰ ਨੂੰ ਜੇ ਪੰਜਾਬ ਦੇ ਨਾਲ ਮਾੜਾ ਮੋਟਾ ਵੀ ਲਗਾਵ ਹੁੰਦਾ ਤਾਂ ਜਿਸ ਦਿਨ ਸਾਡੀ ਭਾਈਵਾਲੀ ਟੁੱਟੀ, ਜਿਹੜੇ 300 ਕਰੋੜ ਰੋਕ ਤੇ ਏਮਸ ਦੇ, ਉਹੀ ਦਿਲਵਾ ਦੇ ਨੇ, ਤਾਂ ਆਪਾਂ ਮੰਨ ਜਾਵਾਂਗੇ ਕਿ ਕੇਂਦਰ ਕੁਛ ਕਰ ਰਿਹਾ। ਕਦੇ ਏਮਸ 'ਚ ਕੋਈ ਕੇਂਦਰ ਦਾ ਮੰਤਰੀ ਕਦੇ ਨਜ਼ਰ ਵੀ ਆਇਆ? ਪੰਜਾਬ ਦੀ ਜਨਤਾ ਜਾਣਦੀ ਹੈ ਕਿ ਜਿਹੜੇ ਕਾਂਗਰਸ ਨੇ ਕਿਹਾ ਸੀ ਇੱਥੇ ਲੱਗਣ ਨਹੀਂ ਦੇਵਾਂਗੇ, ਉਹਨੂੰ ਕਿਵੇਂ, ਜਿੱਥੇ ਕੋਈ ਏਮਸ ਦੇਸ਼ 'ਚ ਨਹੀਂ ਤਿਆਰ, ਸਭ ਤੋਂ ਪਹਿਲਾਂ 3 ਸਾਲਾਂ ਦੇ ਅੰਦਰ ਏਮਸ ਬਠਿੰਡਾ ਤਿਆਰ ਹੋ ਕੇ ਲੋਕ ਅਰਪਣ ਹੋ ਗਿਆ, ਜਿਹਦਾ ਹੁਣ ਇਹਨਾਂ ਨੇ 3 ਸਾਲ ਬਾਅਦ ਇਹਦਾ ਇੱਕ ਵਾਰ ਫਿਰ ਉਦਘਾਟਨ ਕਰਕੇ ਲੋਕਾਂ ਨੂੰ ਗੁੰਮਰਾਹ। ਸੋ ਬੋਲੀ ਜਾਣ, ਪੰਜਾਬ ਦੀ ਜਨਤਾ ਜਾਣਦੀ ਕੌਣ ਕੀ ਕਿੱਥੇ ਕੀ ਲੈ ਕੇ ਆਇਆ। ਕਿਤੇ ਨਾ ਕਿਤੇ ਜੀ ਜਿਹੜਾ ਹੈਗਾ ਟਿਕਟਾਂ ਦੀ ਵੰਡ ਆ ਕਾਫੀ ਲੇਟ ਕੀਤੀ ਗਈ ਹੈ, ਅਤੇ ਗੱਠਜੋੜ ਦੀ ਉਡੀਕ ਸੀ ਜਾਂ ਕੋਈ ਹੋਰ ਕਾਰਨ ਸੀ ਅਕਾਲੀ ਦਲ ਵੱਲੋਂ? ਇਹ ਤਾਂ ਪਾਰਟੀ ਦੱਸ ਸਕਦੀ ਹੈ, ਭੁਪਿੰਦਰ ਸਾਹਿਬ ਦੱਸ ਸਕਦੇ ਹੈ, ਕਿਉਂਕਿ ਇੱਕ ਪ੍ਰਕਿਰਿਆ ਹੁੰਦੀ ਹੈ ਜਿੱਥੇ ਸਾਰੇ ਹਲਕਿਆਂ ਵਿੱਚ ਸੁਖਬੀਰ ਜੀ ਨੇ ਸਾਰੇ ਉਸ ਹਲਕੇ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ, ਜਿਹੜੇ ਹਲਕਿਆਂ 'ਚ ਸਲਾਹ ਹੋ ਕੇ ਹੋ ਗਈ ਸੀ ਉਹਨਾਂ ਦੇ ਐਲਾਨ ਕਰਤੇ, ਕੁਛ ਹਲਕਿਆਂ 'ਚ ਜਿਹੜੀ ਰਹਿ ਗਈ ਸੀ ਉਹਦੇ ਬਾਅਦ ਹੋਏ ਹੋਣਗੇ। ਸੋ ਕਿਉਂ ਕਿਵੇਂ ਕੀ ਹੋਇਆ ਇਹ ਮੈਂ ਨਹੀਂ ਕਹਿ ਸਕਦੀ, ਮੈਂ ਸਿਰਫ ਆਹੀ ਕਹਿ ਸਕਦੀ ਹਾਂ ਕਿ ਅੱਜ ਜਿੱਥੇ ਸਿਆਸੀ ਭਵਰੇ ਪਾਰਟੀ ਬਦਲ ਰਹੇ ਨੇ, ਹਲਕੇ ਬਦਲ ਰਹੇ ਨੇ, ਇਹਦਾ ਵੀ ਨਹੀਂ ਪਤਾ ਕਿ ਇਹ ਜਿੱਤ ਕੇ ਕਿਹੜੀ ਪਾਰਟੀ 'ਚ ਚਲੇ ਜਾਣਗੇ। ਉੱਥੇ ਮੈਨੂੰ ਇਸ ਗੱਲ ਦੀ ਤਾਂ ਤਸੱਲੀ ਹੈ ਕਿ ਅਕਾਲੀ ਦਲ ਇੱਕ ਪਾਸੇ ਅਸੂਲਾਂ 'ਚ ਖੜ੍ਹੀ ਹੈ, ਕਿਸੇ ਦੇ ਨਾਲ ਆਪਣੇ ਸਿਧਾਂਤਾਂ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ, ਅਤੇ ਮੈਂ ਚੌਥੀ ਵਾਰੀ ਬਠਿੰਡੇ ਦੇ ਨਾਲ ਖੜ੍ਹੀ ਹਾਂ ਕਿਉਂਕਿ ਬਠਿੰਡਾ ਮੇਰਾ ਪਰਿਵਾਰ ਹੈ, ਮੇਰੇ ਵਾਸਤੇ ਹਲਕਾ ਨਹੀਂ, ਅਤੇ ਮੈਂ ਹਲਕਾ ਤਾਂ ਛੱਡਾਂ ਜੇ ਮੈਨੂੰ ਲੱਗੇ ਕਿ ਵੀ ਮੈਂ ਇੱਥੇ ਕੰਮ ਨਹੀਂ ਕੀਤਾ। ਅੱਜ ਇਹਨਾਂ ਸਾਰਿਆਂ ਨੂੰ ਪਾਰਟੀ ਬਦਲਣਾ, ਹਲਕਾ ਬਦਲਣਾ, ਇਹਨਾਂ ਨੂੰ ਮੁਬਾਰਕ ਹੋਣ,
ਜਿਹੜੇ ਤਿਤਲੀਆਂ ਹੈਗੀਆਂ, ਲੇਕਿਨ ਅਕਾਲੀ ਦਲ ਹਮੇਸ਼ਾ ਪੰਜਾਬ ਲਈ ਖੜੀ ਹੈ ਅਤੇ ਪੰਜਾਬ ਲਈ ਕੰਮ ਕਰਦੀ ਰਹੂਗੀ ਅਤੇ ਹਰਸਿਮਰਤ ਇਸ ਪਰਿਵਾਰ ਲਈ ਕਰਦੀ ਰਹੂਗੀ। ਕਿਹਾ ਕਿ ਸਾਡਾ ਜਿਹੜਾ ਮੁਕਾਬਲਾ ਇਕੱਲੇ ਕਾਂਗਰਸ ਨਾਲ ਆ, ਦੂਜੀਆਂ ਪਾਰਟੀਆਂ ਨੂੰ ਕਿਹਾ ਤੁਸੀਂ ਮੁਕਾਬਲੇ ਦੇ ਵਿੱਚ ਮੰਨਦੇ ਹੋ? ਕਾਂਗਰਸ ਅਤੇ ਆਮ ਆਦਮੀ ਤਾਂ ਇਕੱਠੀ ਹੈ। ਅੱਜ ਭਾਵੇਂ ਝਾੜੂ ਦਾ ਬਟਨ ਨਪੋ ਕਾਂਗਰਸ ਨੂੰ ਜਾਊਗਾ, ਕਾਂਗਰਸ ਦਾ ਬਟਨ ਨਪੋ ਝਾੜੂ ਨੂੰ ਜਾਊਗਾ, ਕਿਉਂਕਿ ਦੋਨੋਂ ਇੱਕ ਨੇ। ਤੁਸੀਂ ਦੇਖਿਆ ਚੰਡੀਗੜ੍ਹ 'ਚ ਮੇਅਰ ਦੀ ਚੋਣ 'ਚ ਇਕੱਠੇ ਸੀਗੇ, ਹੁਣ ਐਮ ਪੀ ਚੋਣ ਲਈ ਇਕੱਠੇ ਇਹਨਾਂ ਨੇ ਕਹਿਤਾ ਕਿ ਆਮ ਆਦਮੀ ਕਾਂਗਰਸ ਦੇ ਕੈਂਡੀਡੇਟ ਦੀ ਸਪੋਰਟ ਕਰੋ। ਪੂਰੇ ਦੇਸ਼ 'ਚ ਇਕੱਠੇ ਸਾਂਝੇ ਉਮੀਦਵਾਰ, ਸਾਂਝਾ ਗੱਠਜੋੜ ਅਤੇ ਸਾਂਝੀ ਸਰਕਾਰ, ਸੋ ਇੱਥੇ ਤਾਂ ਮੂਰਖ ਬਣਾ ਰਹੇ ਨੇ ਲੋਕਾਂ ਨੂੰ। ਸੋ ਇਹ ਤੁਸੀਂ ਕਹਿ ਦਿਓ ਕਾਂਗਰਸ ਦੇ ਨਾਲ ਆਮ ਆਦਮੀ, ਆਮ ਆਦਮੀ ਕਾਂਗਰਸ 'ਚ ਕੋਈ ਫਰਕ ਨਹੀਂ ਹੈਗਾ। ਇੱਕ ਸਿੱਕੇ ਦੇ ਦੋ ਪਹਿਲੂ ਨੇ, ਝੂਠ ਮਾਰ ਕੇ ਦੋਨਾਂ ਨੇ ਸੱਤਾ ਲਿੱਤੀ ਹੈ। ਹੁਣ ਲੋਕ ਉਸ ਝੂਠ ਦਾ ਘਰ ਘਰ ਨੌਕਰੀ ਦਾ, ਹਜ਼ਾਰ ਰੁਪਏ ਬੀਬੀਆਂ ਦਾ, ਕਰਜ਼ਾ ਮਾਫੀ ਦਾ ਹੁਣ ਹਿਸਾਬ ਲੈਣਗੇ ਜਾਂ ਜਾਣਗੇ, ਜਿਹਦੇ ਕਰਕੇ ਅੱਜ ਇਹਨਾਂ ਦਾ ਵਿਰੋਧ ਹੋ ਰਿਹਾ। ਬੇਕਾਊ ਨੇ।